ਘੱਟੀ ਉਮਰੇ ਬਹੁਤ ਚਰਚਿਤ ਗੀਤ ਲਿਖਣ ਵਾਲੇ ਗੀਤਕਾਰ ਦਵਿੰਦਰ ਬੈਨੀਪਾਲ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਹਨਾਂ ਨੇ ਪਟਿਆਲਾ ਵਿਖੇ ਅੰਤਿਮ ਸਾਹ ਲਿਆ। ਉਹਨਾਂ ਦੀ ਕਲਮ ਵਿੱਚੋਂ ਲਿਖੇ ਗੀਤ ਜਿਵੇਂ ਵਿੱਚ ਪੀੜਾਂ ਦੇ ਪੈਣ ਪਟਾਕੇ 12 ਬੋਰਾਂ ਦੇ ਲੈਂਬਰ ਹੁਸੈਨਪੁਰੀ ਲਵ 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 ਹੋ ਗਿਆ ਸਤਵਿੰਦਰ ਬਿੱਟੀ ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ ਰੁਪਿੰਦਰ ਹਾਂਡਾ ਝੂਠੀਆਂ ਰਪਟਾਂ ਦਲਜੀਤ ਬਿੱਟੂ ਬਾਈ ਜੀ ਸੋਨੂ ਵਿਰਕ ਤੇਰੀ ਕੀ ਗਰੰਟੀ ਹਰਬੰਸ ਬੱਬੂ ਹੱਦ ਹੋ ਗਈ ਮਾਲਕੋ ਹੰਸ ਰਾਜ ਹੰਸ ਕੁੜਤੀ ਸਰਬਜੀਤ ਚੀਮਾ ਆਦਿ ਬਹੁਤ ਹੋਰ ਗਾਇਕਾਂ ਨੇ ਗਾਏ ਨੇ। ਪੰਜਾਬ ਸਰਕਾਰ ਨੇ 31 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਏ। ਆਈਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾਕਟਰ ਰਜਨੀਸ਼ ਅਰੋੜਾ ਦੀ ਜ਼ਮਾਨਤ ਤੇ ਫੈਸਲਾ 2 ਫਰਵਰੀ ਨੂੰ ਹੋਵੇਗਾ। ਡਾਕਟਰ ਅਰੋੜਾ ਯੂਨੀਵਰਸਿਟੀ ਵਿੱਚ ਕੀਤੀਆਂ ਕਰੋੜਾਂ ਰੁਪਏ ਦੀਆਂ ਵਿੱਤੀ ਤੇ ਪ੍ਰਬੰਧਕੀ ਬੇਨਿਯਮੀਆਂ ਕਾਰਨ ਨਿਆਇਕ ਹਿਰਾਸਤ ਵਿੱਚ ਹਨ। ICC ਮੈਚ ਰੈਫਰੀ ਪੈਨਲ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਜੋਹਨਸਬਰਗ ਵਿਖੇ ਹੋਏ ਤੀਸਰੇ ਟੈਸਟ ਮੈਚ ਦੌਰਾਨ ਵਾਂਡਰਸ ਦੀ ਪਿੱਚ ਨੂੰ ਖਰਾਬ ਕਰਾਰ ਦਿੱਤਾ ਏ। ਲੈਫਟੀਨੈਂਟ ਜਨਰਲ ਅਨਿਤ ਚੌਹਾਨ ਨਵੇਂ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ DGMO ਬਣੇ ਹਨ। BSF ਨੇ ਪੱਛਮੀ ਬੰਗਾਲ ਦੇ ਪੈਟਰਾਪੋਲ ਤੋਂ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ 10,79,575 ਰੁਪਏ ਮੁੱਲ ਦੇ 3 ਸੋਨੇ ਦੇ ਬਿਸਕੁਟਾਂ ਸਮੇਤ ਗ੍ਰਿਫਤਾਰ ਕੀਤਾ ਏ। ਫਤਿਹਗੜ੍ਹ ਸਾਹਿਬ ਦੇ ਬਲਾਕ ਖਮਾਣੋ ਅਧੀਨ ਪੈਂਦੇ ਪਿੰਡ ਖੰਟ ਵਿਖੇ ਤਕਨੀਕੀ ਖਰਾਬੀ ਦੇ ਚਲਦਿਆਂ ਫੌਜ ਦੇ ਹੈਲੀਕਾਪਟਰ ਵੱਲੋਂ ਸਕੂਲ ਦੀ ਗਰਾਊਂਡ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਦਾ ਪਤਾ ਚਲਦਿਆਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਕੂਲ ਨੂੰ ਸੁਰੱਖਿਆ ਦੇ ਘੇਰੇ ਅੰਦਰ ਲੈ ਲਿਆ। ਕੁਝ ਦੇਰ ਬਾਅਦ ਆਈ ਫੌਜ ਦੀ ਟੀਮ ਵੱਲੋਂ ਹੈਲੀਕਾਪਟਰ ਠੀਕ ਕਰਕੇ ਵਾਪਸ ਉਡਾਨ ਲਈ ਭੇਜਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਤੋਂ ਸੀਨੀਅਰ ਭਾਜਪਾ ਸੰਸਦ ਮੈਂਬਰ ਚਿੰਤਾਮਨ ਵੰਗਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਏ। ਚੰਡੀਗੜ੍ਹ ਆਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਖਿਲਾਫ NSUI ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਤੇ ਬੈਂਗਲੁਰੂ ਵਿਖੇ ਸਿੱਖਿਆਰਥੀ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ ਕ੍ਰਿਕਟ ਕੋਚ ਨੂੰ ਗ੍ਰਿਫਤਾਰ ਕੀਤਾ ਗਿਆ ਏ।